ਫਰੌਦ ਨੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਖਾਸ ਪ੍ਰੋਗਰਾਮ ਕਰਾਂਗੇ ਅੱਜ ਵਿਦਿਆਰਥੀਆਂ ਨੂੰ ਇਹ ਦੱਸੇਂ ਦੱਸਾਂਗੇ ਕਿ ਯੂਕੇ ਦੇ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਟ੍ਰੈਂਡਿੰਗ ਚ ਨੇ ਮਤਲਬ ਜਿੱਥੇ ਇੰਡੀਆ ਦੇ ਸਭ ਤੋਂ ਜ਼ਿਆਦਾ ਸਟੂਡੈਂਟ ਜਾ ਰਹੇ ਨੇ ਜਾਣਾ ਚਾਹੁੰਦੇ ਨੇ ਉਹਦੇ ਪਿੱਛੇ ਕਾਰਨ ਕੀ ਹੈ ਉਸ ਯੂਨੀਵਰਸਿਟੀ ਦਾ ਨਾਂ ਕੀ ਹੈ ਉੱਥੇ ਜ਼ਿਆਦਾ ਸਟੂਡੈਂਟਸ ਦੇ ਜਾਣ ਦੇ ਪਿੱਛੇ ਕਿਹੜੇ-ਕਿਹੜੇ ਰੀਜਨਸ ਨੇ ਔਰ ਕੀ ਉੱਥੇ ਹਰ ਸਟੂਡੈਂਟ ਐਡਮਿਸ਼ਨ ਲੈ ਸਕਦਾ ਹੈ ਜਾਂ ਸਿਲੈਕਟਡ ਸਟੂਡੈਂਟ ਜਾ ਸਕਦੇ ਨੇ ਇਹ ਵੀ ਜ਼ਰੂਰੀ ਹੈ ਔਰ ਇਨਾ ਟ੍ਰੈਂਡਿੰਗ ਯੂਨੀਵਰਸਿਟੀਆਂ ਦੇ ਵਿੱਚ ਜਨੂਅਰੀ ਇਨਟੇਕ ਚ ਕਿੰਨੀ ਜਲਦੀ ਸਟੂਡੈਂਟ ਐਡਮਿਸ਼ਨ ਲੈ ਲੈਣ ਇਹ ਵੀ ਬੜਾ ਇੰਪੋਰਟੈਂਟ ਸਵਾਲ ਹੈ ਮੈਂ ਜਿਹਦਾ ਜਵਾਬ ਲਊਂਗਾ ਅਮਰਜੀਤ ਸਿੰਘ ਕਵਰ ਸਾਡੇ ਨਾਲ ਨੇ ਹਰ ਰੋਜ਼ 10:30 ਵਜੇ ਇੱਕ ਖਾਸ 쇼 ਰਿਲੀਜ਼ ਕਰਦੇ ਆ ਤੁਰੰਤ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡਾ ਨੋਟੀਫਿਕੇਸ਼ਨ ਮਿਸ ਨਾ ਹੋਵੇ ਇੰਪੋਰਟੈਂਟ ਇਨਫੋਰਮੇਸ਼ਨ ਮਿਸ ਨਾ ਹੋਵੇ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ यूके ਦੀਆਂ ਇੱਕ ਤਾਂ ਇਹ ਦੱਸੋ ਵੀ ਕਿਹੜੀਆਂ ਯੂਨੀਵਰਸਿਟੀਆਂ ਟ੍ਰੈਂਡ ਚ ਨੇ ਕਿਉਂ ਟ੍ਰੈਂਡ ਚ ਨੇ ਔਰ ਉਹਨਾਂ ਦੇ ਨਾਮ ਕੀ ਨੇ ਉਹਨਾਂ ਦਾ ਸਾਰਾ ਕੁਝ ਦੱਸ ਦਿਓ ਇੱਕ ਵਾਰੀ ਖੋਲ ਕੇ ਪਹਿਲੀ ਗੱਲ ਤੇ ਆ ਕਿ ਸਾਰਾ ਕੁਝ ਨਹੀਂ ਦੱਸਿਆ ਜਾ ਸਕੂਗਾ ਉਹਦਾ ਰੀਜ਼ਨ ਹੈ ਕਿ ਸ਼ੋਅ ਦਾ ਸਮਾਂ ਘੱਟ ਹੈ ਔਰ ਇਨਫੋਰਮੇਸ਼ਨ ਜ਼ਿਆਦਾ ਹੈ ਸੋ ਯੂਨੀਵਰਸਿਟੀਆਂ ਇਨ ਟ੍ਰੈਂਡ ਤੇ ਗੱਲ ਕਰ ਕਰਾਂਗੇ ਔਰ ਐਸ਼ ਸ਼ੋ ਕਿਉਂਕਿ ਪੰਜਾਬੀ ਜਾਂ ਪੰਜਾਬ ਦਾ ਬੱਚਾ ਜ਼ਿਆਦਾ ਦੇਦਾ ਸੋ ਪੰਜਾਬੀਆਂ ਦੇ ਮਕਸਦ ਦੇ ਨਾਲ ਜਿਹਦੇ ਚ ਅਸੀਂ ਸਭ ਤੋਂ ਜ਼ਿਆਦਾ ਕੰਮ ਵੀ ਕਰਦੇ ਹਾਂ ਕਿ ਕਿਹੜੀਆਂ ਯੂਨੀਵਰਸਿਟੀਆਂ ਜ਼ਿਆਦਾ ਟ੍ਰੈਂਡ ਚ ਨੇ ਕਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਸਟੂਡੈਂਟਸ ਜਾ ਰਿਹਾ ਔਰ ਕਿਉਂ ਜਾ ਰਿਹਾ ਅਭੀ ਨਾਲ ਦੱਸਾਂਗਾ ਸੋ ਸਭ ਤੋਂ ਜਿਹੜੀ ਫੇਵਰੇਟ ਯੂਨੀਵਰਸਿਟੀ ਇਸ ਟਾਈਮ ਬਣੀ ਹੋਈ ਸੀ ਪਿਛਲੇ ਇਨਟੇਕ ਦੇ ਵਿੱਚ ਜਿਹੜੀ ਕਿ 15 April ਨੂੰ ਫੁੱਲ ਹੋ ਗਈ ਸੀ ਸਤੰਬਰ ਇਨਟੇਕ ਲਈ ਜਦ ਕਿ ਸਤੰਬਰ ਦੇ ਵਿੱਚ ਸਾਰੇ ਕੋਰਸ ਓਪਨ ਸੀ ਤਕਰੀਬਨ 35000 ਬੱਚਾ ਉਹਨਾਂ ਨੇ ਲਿਆ April ਦੇ ਵਿੱਚ 15 April ਨੂੰ ਉਹ ਬੰਦ ਹੋ ਗਏ ਸੀ ਔਰ ਉਹਨਾਂ ਕੋਲ 55000 ਪਲੱਸ ਐਪਲੀਕੇਸ਼ਨ ਪਹੁੰਚ ਚੁੱਕੀ ਸੀ ਸੋ ਇਹ ਯੂਨੀਵਰਸਿਟੀ ਕਿਹੜੀ ਸੀ ਇਹ ਸੀਗੀ ਲਿੰਕਨ ਯੂਨੀਵਰਸਿਟੀ ਲਿੰਕਨ ਯੂਨੀਵਰਸਿਟੀ ਦੀ ਖਾਸੀਅਤ ਖਾਸੀਅਤ ਹੈ ਜੀ ਸਭ ਤੋਂ ਪਹਿਲੀ ਜਿਹੜੀ ਪੰਜਾਬੀਆਂ ਦੀ ਫੇਵਰੇਟ ਕਿ ਇੱਥੇ ਇੰਟਰਵਿਊ ਨਹੀਂ ਹੁੰਦਾ ਸਿੱਧਾ ਐਡਮਿਸ਼ਨ ਹੋ ਜਾਂਦਾ ਫਟਾਫਟ ਕਾਸ ਆਫਰ ਸਾਰਾ ਪ੍ਰੋਸੈਸ ਚੱਲਦਾ ਇੱਥੇ ਤੁਹਾਨੂੰ ਇੰਗਲਿਸ਼ ਅਗਰ ਤੁਹਾਡੇ 70% ਸੀਬੀਐਸੀ ਹੋ ਵੀਵਰ ਮਿਲ ਜਾਂਦਾ ਯੂਕੇਵੀਆਈ ਹਾਈਲਟਸ ਦੇ ਵਿੱਚ ਸਿਰਫ ਪੰਜ ਬੈਂਡ ਹੈ 4.5 ਰੀਚ ਹੈ ਤਾਂ ਵੀ ਐਡਮਿਸ਼ਨ ਮਿਲ ਜਾਂਦਾ ਯੂਕੇਵੀਆਈ ਹਾਈਲਟਸ ਨਾਰਮਲ ਹਾਈਲਟਸ ਨਹੀਂ ਯੂਕੇਵੀਆਈ ਹਾਈਲਟਸ ਅਗਰ ਪੰਜ ਬੈਂਡ ਹੈ ਤਾਂ ਵੀ ਮਿਲ ਜਾਂਦਾ ਮਾਸਟਰਸ 'ਚ ਵੀ ਮਿਲ ਜਾਂਦਾ ਤੇ ਗ੍ਰੈਜੂਏਸ਼ਨ 'ਚ ਵੀ ਮਿਲ ਜਾਂਦਾ ਸੋ ਦੈਟ ਇਜ਼ ਦ ਬਿਊਟੀ ਆਫ ਦਿਸ ਯੂਨੀਵਰਸਿਟੀ ਕਿ ਸਭ ਤੋਂ ਜ਼ਿਆਦਾ ਸਟੂਡੈਂਟ ਦੇ ਫੇਵਰ 'ਚ ਹੈ ਸਤੰਬਰ ਇਨਟੇਕ ਦੇ ਲਈ ਇਹ ਆਲਮੋਸਟ ਅਪ੍ਰੈਲ ਫੁੱਲ ਹੋ ਗਈ ਸੀ ਜਨੂਅਰੀ ਇਨਟੇਕ ਦੀ ਮੈਂ ਗੱਲ ਕਰਾਂ ਤੇ ਇਹ ਯੂਨੀਵਰਸਿਟੀ ਦੇ ਦੋ ਕੋਰਸ ਬੰਦ ਹੋ ਚੁੱਕੇ ਨੇ ਜਨੂਅਰੀ ਲਈ ਭਰ ਚੁੱਕੇ ਨੇ ਸੋ ਰੈਸਟ ਆਰ ਸਟਿਲ ਓਪਨ ਬਟ ਉਮੀਦ ਹੈ ਕਿ ਇਹ ਤਕਰੀਬਨ ਅਗਸਟ ਐਂਡ ਤੱਕ ਇਹ ਯੂਨੀਵਰਸਿਟੀ ਫੁੱਲ ਹੋ ਚੁਗੀ ਅੱਛਾ ਅਗਸਟ ਐਂਡ ਤੱਕ ਇਹਦਾ ਮਤਲਬ ਹੈ ਹੁਣ ਤੋਂ ਲਗਭਗ 1 ਮਹੀਨਾ ਮੰਨ ਕੇ ਹਾਂ ਸ਼ਾਇਦ ਇੰਨਾ ਵੀ ਨਾ ਕੱਢੇ ਮੁਸ਼ਕਲ ਹੈ ਹੋ ਸਕਦਾ 15 ਅਗਸਟ ਤੱਕ ਹੋ ਜਾਏ ਕਿਉਂਕਿ ਅਸੀਂ ਵੀ ਬਹੁਤ ਸਾਰੀਆਂ ਐਪਲੀਕੇਸ਼ਨਾਂ ਇਹਦੇ ਚ ਪਾ ਰਹੇ ਹਾਂ ਔਰ ਉਸ ਤੋਂ ਬਾਅਦ ਫਿਰ ਸੈਕਿੰਡ ਫੇਵਰਿਟ ਕਾਰਡੀਫ ਯੂਨੀਵਰਸਿਟੀ ਨਿਕਲ ਕੇ ਆ ਇਸਤੰਬਰ ਇੰਟੈਕ ਹੈ ਵੀ ਯੂਨੀਵਰਸਿਟੀ ਇੰਟਰਵਿਊ ਨਹੀਂ ਸੀ ਲੈਂਦੀ 50% ਫੀਸ ਤੁਸੀਂ ਭੇ ਦੇ ਕਰਕੇ ਜਾ ਸਕਦੇ ਸੀ process ਫਾਸਟ ਹੈ ਫਿਰ ਹਰਡਸਫੀਲਡ ਯੂਨੀਵਰਸਿਟੀ ਬਹੁਤ ਬੱਚਿਆਂ ਨੇ ਪ੍ਰਿਫਰ ਕੀਤੀ ਹੈ ਇੰਟਰਵਿਊ ਨਹੀਂਗਾ ਲੇਕਿਨ ਫਿਲ ਫੀਸ ਜਿਹੜੀ ਉਹ ਫੁੱਲ ਲੀਅਰ ਦੀ ਜਾਂਦੀ ਹੈ ਲੰਡਨ ਸਾਈਡ ਤੇ ਅਗਰ ਗੱਲ ਕਰੀਏ ਯੂਨੀਵਰਸਿਟੀ ਆਫ ਵੈਸਟ ਲੰਡਨ ਬੱਚਿਆਂ ਦੀ ਬਹੁਤ ਵਧੀਆ ਚੋਆਇਸ ਬਣੀ ਐਲ ਐਸ ਬੀ ਯੂ ਲੰਡਨ ਐਲ ਐਸ ਬੀ ਯੂ ਯੂਨੀਵਰਸਿਟੀ ਦਾ ਬੈਨੀਫਿਟ ਆ ਸੀਗਾ ਕਿ ਉਹਦੇ ਵਿੱਚ ਇੰਟਰਵਿਊ ਤਾਂ ਜ਼ਰੂਰ ਸੀਗਾ ਬਟ ਇੱਕ ਤਾਂ ਫੀਸ ਤੁਸੀਂ ਅੱਧੀ ਦੇ ਕੇ ਜਾ ਸਕਦੇ ਸੀਗੇ ਔਰ ਪਲੱਸ ਇਹਦੇ ਚ ਗੈਪ ਥੋੜਾ ਜ਼ਿਆਦਾ ਅਸੈਪਟ ਹੁੰਦਾ ਸੀਗਾ ਜਿਹਦੇ ਕਰਕੇ ਬੱਚਿਆਂ ਦਾ ਅਟਰੈਕਸ਼ਨ ਸੀਗਾ ਕੋਵੈਂਟਰੀ ਯੂਨੀਵਰਸਿਟੀ ਬਹੁਤ ਸਾਰੇ ਬੱਚਿਆਂ ਨੇ ਪ੍ਰਿਫਰ ਕੀਤੀ ਰੀਜ਼ਨ ਉਹੀ ਹੈ ਕਿ ਉਹਦਾ ਪ੍ਰੋਸੈਸ ਥੋੜਾ ਜਿਆ ਕੰਪੈਰੀਟਿਵਲੀ ਬਾਕੀ ਯੂਨੀਵਰਸਿਟੀਆਂ ਦੇ ਫਾਸਟ ਹੈ ਫੀਸ ਥੋੜੀ ਜ਼ਰੂਰ ਵੱਧ ਹੈ ਬਟ 50% ਫੀਸ ਦੇ ਕੇ ਜਾ ਸਕਦੇ ਹੋ ਯੂਨੀਵਰਸਿਟੀ ਵਨ ਆਫ ਦਾ ਟਾਪ ਰੈਂਕਿੰਗ ਯੂਨੀਵਰਸਿਟੀ ਹੈ ਤਾਂ ਹੀ ਕਾਰਨ ਇਹਦੀ ਫੀਸ ਦਾ ਸਟਰਕਚਰ ਵੱਧ ਹੈ ਬਰਮਿੰਗਮ ਦੀ BCU ਯੂਨੀਵਰਸਿਟੀ ਬੱਚਿਆਂ ਦੇ ਬਹੁਤ ਜ਼ਿਆਦਾ ਡਿਮਾਂਡ ਚ ਰਹਿੰਦੀ ਹੈ ਬਟ ਇਹਦੀ ਆਫਰ ਲੈਟਰ ਨਾ ਤੇ ਮਸਤੰਬਰ ਲਈ ਪ੍ਰੋਮਿਸ ਕਰਦਾ ਹੈ ਤੇ ਨਾ ਜਨਵਰੀ ਲਈ ਬਿਕੋਜ਼ ਸਭ ਤੋਂ ਜ਼ਿਆਦਾ ਫਲੱਡਡ ਰਹਿੰਦੀ ਹੈ ਕਿਉਂਕਿ ਜ਼ਿਆਦਾਤਰ ਬੱਚਿਆਂ ਦਾ ਟਾਰਗੇਟ ਬਰਮਿੰਗਮ ਜਾਣ ਦਾ ਹੁੰਦਾ ਹੈ ਔਰ ਬਰਮਿੰਗਮ ਦੇ ਵਿੱਚ ਸਿਰਫ 3-4 ਯੂਨੀਵਰਸਿਟੀਆਂ ਨੇ ਸੋ ਸੀਟਾਂ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਐਪਲੀਕੇਸ਼ਨ ਬਹੁਤ ਜ਼ਿਆਦਾ ਲੱਗਦੀ ਹੈ ਉਹਦੇ ਚੋਂ ਕਿਹਦੀ ਆਫਰ ਆਊਗੀ ਕਿਹਦੀ ਨਹੀਂ ਆਊਗੀ ਇਹ ਕਹਿਣਾ ਔਖਾ ਹੋ ਜਾਂਦਾ ਹੈ ਸੋ ਦੇ ਲਈ ਤਾਂ ਜ਼ਰੂਰ ਟਾਈਮ ਨਾਲ ਪਾ ਲੋ ਐਪਲੀਕੇਸ਼ਨ ਜਿਹੜਾ ਜਿਹੜਾ ਬੱਚਾ ਪਾਉਣਾ ਚਾਹੁੰਦਾ ਉਸ ਤੋਂ ਇਲਾਵਾ ਕਈ ਹੋਰ ਆਪਸ਼ਨ ਨੇ ਮੈਂ ਤੁਹਾਨੂੰ ਦੱਸਿਆ ਕਿ ਸਮੇਂ ਦੀ ਲਿਮਿਟ ਹੈ ਬਟ ਪ੍ਰੋਫਾਈਲ ਟੂ ਪ੍ਰੋਫਾਈਲ ਕਿਉਂਕਿ ਯੂਕੇ ਦੇ ਵਿੱਚ ਕੈਨੇਡਾ ਵਾਂਗੂ ਇੱਕ ਰੂਲ ਨਹੀਂਗਾ ਕਿ ਇਨਾ ਪੀਡੀ ਸਕੋਰ ਆ ਗਿਆ 6e ਚਾਈਲਡਸ ਆ ਗਿਆ ਤੇ ਚਲੋ ਜੀ ਕੈਨੇਡਾ ਆਪਣਾ ਹਰ ਇੱਕ ਕਾਲਜ ਅਪਲਾਈ ਕਰ ਲਓ ਇੱਥੇ ਇਦਾਂ ਨਹੀਂ ਹੁੰਦਾ ਇੱਥੇ ਸਕੋਰ ਦੀ ਰਿਕੁਆਇਰਮੈਂਟ ਪਰਸੈਂਟੇਜ ਦੀ ਰਿਕੁਆਇਰਮੈਂਟ ਗੈਪ ਦੀ ਰਿਕੁਆਇਰਮੈਂਟ ਸਭ ਯੂਨੀਵਰਸਿਟੀ ਟੂ ਯੂਨੀਵਰਸਿਟੀ ਬਦਲਦੀਆਂ ਰਹਿੰਦੀਆਂ ਨੇ ਸੋ ਤੁਹਾਡਾ ਪ੍ਰੋਫਾਈਲ ਕੀ ਕਹਿੰਦਾ ਉਹਦੇ ਅਕੋਰਡਿੰਗ ਹੀ ਤੁਹਾਨੂੰ ਸਾਡੀ ਟੀਮ ਦੱਸ ਸਕੂਗੀ ਕਿ ਤੁਸੀਂ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ 'ਚ ਕਰ ਸਕਦੇ ਹੋ ਕੀ-ਕੀ ਬੈਨੀਫਿਟ ਤੁਹਾਨੂੰ ਯੂਨੀਵਰਸਿਟੀਆਂ ਤੋਂ ਮਿਲ ਸਕਦੇ ਆ ਕਿੰਨੀ-ਕਿੰਨੀ ਸਕਾਲਰਸ਼ਿਪ ਮਿਲ ਸਕਦੀ ਹੈ ਕਿੰਨਾ-ਕਿੰਨਾ ਪੈਸਾ ਬਚਾ ਸਕਦੇ ਹੋ ਪਰ ਇੱਕ ਵਾਦਾ ਮੈਂ ਇਥੋਂ ਕਰ ਸਕਦਾ ਕਿ ਤੁਸੀਂ ਯੂਕੇ ਲਈ ਬ੍ਰਾਡਵੇ ਦੇ ਨਾਲ ਅਪਲਾਈ ਕਰਦੇ ਹੋ ਤਾਂ ਤੁਸੀਂ ਇੱਕ ਪੈਕੇਜ ਅਪਲਾਈ ਕਰ ਸਕਦੇ ਹੋ ਜਿੱਥੇ ਤੁਸੀਂ ਸਾਰੇ ਪੈਸੇ ਦਿਓਗੇ ਵੀਜ਼ੇ ਤੋਂ ਬਾਅਦ ਚਾਹੇ ਤੁਹਾਡੀ ਯੂਨੀਵਰਸਿਟੀ ਦੀ ਫੀਸ ਹੈ ਤੁਹਾਡੀ ਐਮਬੈਸੀ ਫੀਸ ਹੈ ਤੁਹਾਡਾ ਮੈਡੀਕਲ ਇੰਸ਼ੋਰੈਂਸ ਹੈ everything included thank you so bahut dhanwad kavar saab badi important information hai jodi wo top trending universities bare ditti hai so student hun mainu lagda hai ki zarur is information to bahut zyada santosh honge mainu bhi badi hairani jan confirmation mili ki kai universities ne jaddiyan ek mahine baad unhone par hi jana january intake jad ki huje august vi nahi aaya so student khayal rakhn ਤੁਸੀਂ ਇੰਡੀਆ ਚ ਕਿਤੇ ਵੀ ਹੋ ਪੰਜਾਬ ਚ ਕਿਤੇ ਵੀ ਹੋ 90238 90238 ਤੇ ਫੋਨ ਕਰੋ ਆਨਲਾਈਨ ਵੀ ਬਰੋਡਵੇ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਮੂਵ ਕਰ ਸਕਦੇ ਹੋ ਪਰ ਬਰੋਡਵੇ ਦੇ ਕਿਸੇ ਵੀ ਨੀਅਰਬਾਈ ਆਫਿਸ ਚ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਸੋ ਮਚ ਕਮਲ ਸਾਹਿਬ ਥੈਂਕ ਯੂ ਬਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ